بسم اللہ الرحمن الرحیم۔ السلام علیکم کاشتکارو، ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਔਰ ਮੈਂ ਵਾਂ ਮੁਹੰਮਦ ਨਜ਼ੀਫ ਲਿਆਕਤ। ਅੱਜ ਇਨਸ਼ਾਅੱਲਾਹੁ ਤਾਲਾ ਗੱਲਾਂ ਮੰਡੀ ਗੋਜਰਾ ਵਿੱਚ ਜਿੰਨੀਆਂ ਵੀ ਜਿਨਸਾਂ ਆਈਆਂ ਵਾਂ ਉਹਦੀ ਤਾਜ਼ਾ ਤਰੀਨ ਅਪਡੇਟ ਆਪਣੇ ਵਿਊ ਨਾਲ ਸ਼ੇਅਰ ਕਰਾਂਗੇ, ਕਿਉਂਕਿ ਜ਼ਿਆਦਾਤਰ ਜਿਹੜੀ ਜਿਨਸ ਆ ਰਹੀ ਆ ਉਹ ਗੱਲਾਂ ਮੰਡੀ ਗੋਜਰਾ ਵਿੱਚ ਤਿਲੀ ਆ ਰਹੀ ਆ। ਸਭ ਤੋਂ ਪਹਿਲਾਂ ਅਸੀਂ ਦੱਸਾਂਗੇ ਤਿਲੀ ਦੇ ਹਵਾਲੇ ਨਾਲ। ਤਿਲੀ ਅੱਜ ਤਕਰੀਬਨ 10,000 ਰੁਪਏ ਤੋਂ ਲੈ ਕੇ ਅਤੇ 12,500 ਰੁਪਏ ਤੱਕ ਸੇਲ ਹੋਈ ਹੈ। ਤਿਲੀ ਦਾ ਰੇਟ ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਤਿਲੀ ਅੱਜ ਤਕਰੀਬਨ 10,000 ਰੁਪਏ ਤੋਂ ਲੈ ਕੇ ਅਤੇ 12,500 ਰੁਪਏ ਤੱਕ ਸੇਲ ਹੋਈ ਹੈ, ਜਿਹੜਾ ਵਿੱਚ ਕਿਤੇ ਡੈਮੇਜ ਮਾਲ ਆ ਆਪਣਾ ਜਾਂ ਕਸਮੈਲੇ ਰੰਗ ਦੀ ਤਿਲੀ ਆ, ਕਿਉਂਕਿ ਜਿਵੇਂ ਦਾ ਮਾਲ ਹੋਣਾ ਵਾ ਜਿਵੇਂ ਦੀ ਜਿਨਸ ਹੋਣੀ ਆ ਉਂਝ ਦਾ ਹੀ ਰੇਟ ਲੱਗਣਾ। 7,000 ਵੀ ਲੱਗਾ ਵਾ, 9,000 ਵੀ, 8,500 ਰੁਪਇਆ ਵੀ। ਜ਼ਿਆਦਾਤਰ ਤਿਲੀ ਦੀ ਅੱਜ ਮਾਰਕੀਟ ਰਹੀ ਆ 10,000 ਰੁਪਏ ਤੋਂ ਲੈ ਕੇ ਅਤੇ 12,000 ਰੁਪਏ ਤੱਕ। ਹੁਣ ਅਸੀਂ ਗੱਲ ਕਰਾਂਗੇ ਬਾਰੀਆ ਮੱਕੀ ਦੀ। ਬਾਰੀਆ ਮੱਕੀ ਦੇ ਰੇਟ ਵਿੱਚ ਮਾਸ਼ਾਅੱਲਾ ਮਜ਼ੀਦ ਅੱਛਾ ਖਾਸਾ ਇਜ਼ਾਫਾ ਹੋਇਆ ਵਾ। ਬਾਰੀਆ ਮੱਕੀ ਅੱਜ ਤਕਰੀਬਨ 3,000 ਰੁਪਏ ਤੋਂ ਲੈ ਕੇ ਅਤੇ 3,250 ਰੁਪਏ ਤੱਕ ਸੇਲ ਹੋਈ ਆ। ਬਾਰੀਆ ਮੱਕੀ ਦਾ ਰੇਟ ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਬਾਰੀਆ ਮੱਕੀ ਅੱਜ ਤਕਰੀਬਨ 3,000 ਰੁਪਏ ਤੋਂ ਲੈ ਕੇ ਅਤੇ 3,250 ਰੁਪਏ ਤੱਕ ਸੇਲ ਹੋਈ ਆ। ਹੁਣ ਅਸੀਂ ਗੱਲ ਕਰਾਂਗੇ ਰਾਏ ਸਰੋਂ ਦੀ। ਰਾਇਆ ਸਰੋਂ ਤਕਰੀਬਨ 6,700 ਰੁਪਏ ਤੋਂ ਲੈ ਕੇ ਅਤੇ 6,900 ਰੁਪਏ ਤੱਕ ਸੇਲ ਹੋਇਆ ਵਾ। ਹੁਣ ਅਸੀਂ ਗੱਲ ਕਰਾਂਗੇ ਕਣਕ ਦੀ। ਕਣਕ ਜਿਹੜੀ ਚੰਗੀ ਆ ਜ਼ਬਰਦਸਤ ਕਣਕ ਆ ਟਾਪ ਕਲਾਸ ਦੀ, ਉਹ ਤਕਰੀਬਨ 2,300 ਰੁਪਏ ਤੋਂ ਲੈ ਕੇ ਅਤੇ 2,500 ਰੁਪਏ ਤੱਕ ਸੇਲ ਹੋਈ ਹੈ। ਮੰਡੀ ਵਿੱਚ ਜਿਹੜੀ ਜ਼ਿਆਦਾ ਜਿਨਸਾਂ ਆ ਰਹੀਆਂ ਵਾ ਉਹ ਫਿਲਹਾਲ ਤਿਲੀ ਆ ਰਹੀ ਆ, ਔਰ ਚੰਦ ਢੇਰੀਆਂ ਬਾਰੀਆਂ ਮੱਕੀ ਵੀ ਆ ਰਹੀ ਆ, ਔਰ ਜਿਹੜੀਆਂ ਜਿਨਸਾਂ ਜ਼ਿਆਦਾ ਆ ਰਹੀਆਂ ਵਾ ਉਹਦੇ ਰੇਟ ਅਸੀਂ ਆਪਣੇ ਵਿਊ ਨਾਲ ਸ਼ੇਅਰ ਕਰ ਦਿੱਤੇ ਆ, ਔਰ ਇਨਸ਼ਾਅੱਲਾਹੁ ਤਾਲਾ ਅਨ ਕਰੀਬ ਬਾਜਰਾ ਵੀ ਆਉਣਾ ਸ਼ੁਰੂ ਹੋ ਜਾਣਾ ਵਾ, 5 ਫੁੱਟਾ ਸਫੇਦ ਚਰੀ ਵੀ ਆਉਣਾ ਸ਼ੁਰੂ ਹੋ ਜਾਣੀ ਆ, ਉਹ ਲਾਲ ਚਰੀ ਵੀ, ਉਹ ਦੂਸਰੀਆਂ ਜਿਹੜੀਆਂ ਜਿਨਸਾਂ ਮੌਸਮੀ ਮੱਕੀ ਵੀ ਆਉਣਾ ਸ਼ੁਰੂ ਹੋ ਜਾਣੀ ਆ। ਉਹਦੇ ਰੇਟ ਡਿਟੇਲ ਦੇ ਨਾਲ ਆਪਣੇ ਵਿਊ ਨਾਲ ਸ਼ੇਅਰ ਕਰਾਂਗੇ, ਔਰ ਮੈਂ ਦੁਬਾਰਾ ਦੱਸ ਦਿੰਦਾ ਕਿ ਮੰਡੀ ਦੇ ਵਿੱਚ ਜਿਵੇਂ ਦਾ ਮਾਲ ਹੋਣਾ ਵਾ ਉਂਝ ਦਾ ਰੇਟ ਹੋਣਾ, ਅਗਰ ਚੰਗੀ ਚੀਜ਼ ਆ ਉਹਦਾ ਚੰਗਾ ਰੇਟ ਲੱਗਣਾ। ਸ਼ੁਕਰੀਆ।